ਡিয়ার ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਐਜੂਕੇਟ ਸੈਂਪਲ ਪੇਪਰ ਨੰਬਰ 2 ਦਾ ਸੈਕਸ਼ਨ ਸੀ ਡਿਸਕਸ ਕਰਾਂਗੇ ਤੇ ਨਾਲ ਹੀ ਲੌਂਗ ਕੁਐਸਚਨ ਥੀਮ ਆਫ ਦਾ ਚੈਪਟਰ ਥਿੰਕਿੰਗ ਆਊਟ ਆਫ ਦਾ ਬਾਕਸ ਵੀ ਡਿਸਕਸ ਕਰਾਂਗੇ ਸੋ लेट्स स्टार्ट ਕੁਐਸਚਨ ਨੰਬਰ 1 ਵਿਚ profession did हसन adopt ਆਫਟਰ ਕੰਪਲੀਟਿੰਗ ਹਿਸ এডੂਕੇਸ਼ਨ हसन ਨੇ ਆਪਣੀ ਪੜਾਈ ਕੰਪਲੀਟ ਕਰਨ ਤੋਂ ਬਾਅਦ ਕਿਹੜਾ profession ਕਿਹੜਾ ਕਿੱਤਾ ਅਪਣਾਇਆ ਉਹ ਕੀ ਬਣਿਆ ਚਾਰ ਆਪਸ਼ਨਸ ਦੇਖਦੇ ਆ ਕਾਲੀ ਟੀਚਰ ਬਣਿਆ ਜਾਂ ਸਕੂਲ ਟੀਚਰ ਬਣਿਆ ਜਾਂ ਸਟਰੀਟ ਹਾਕਰ ਜੋ ਗਲੀਆਂ ਦੇ ਵਿੱਚ ਸਮਾਨ ਵੇਚਦਾ ਹੈ ਜਾਂ ਸੈਲਰ ਆਫ ਸੌਫਟਵੇਅਰ ਤਾਂ ਸਾਡੀ ਰਾਈਟ ਆਪਸ਼ਨ ਹੈ ਉਹ ਸੈਲਰ ਆਫ ਸੌਫਟਵੇਅਰ ਬਣਿਆ ਸੀ ਸੀ ਡੀਜ਼ ਵੇਚ ਰਿਹਾ ਸੀ ਟੂ ਔਨ ਦਾ ਡੇ ਆਫ ਦਾ ਕਾਂਸਰਟ ਫਿਲਿਪ ਪਲੇਡ ਅ ਗੇਮ ਆਫ ਜਿਸ ਦਿਨ ਕਾਨਸਰਟ ਸੀ ਤਾਂ ਫਿਲਿਪ ਨੇ ਉਸ ਦਿਨ ਕਿਹੜੀ ਗੇਮ ਖੇਡੀ ਸੀ ਬੇਸਬਾਲ ਬਾਸਕਟਬਾਲ ਵਾਲੀਬਾਲ ਜਾਂ ਕ੍ਰਿਕਟ ਹੀ ਵਾਸ ਪਲੇਅਰ ਆਫ ਬੇਸਬਾਲ ਸੋ ਰਾਈਟ ਆਪਸ਼ਨ ਹੈ ਬੇਸਬਾਲ ਨੈਕਸਟ ਦ ਫਾਰਮਰਸ ਡਾਟਰ ਵਾਸ ਕਿਸਾਨ ਦੀ ਲੜਕੀ ਕਿਸ ਤਰ੍ਹਾਂ ਦੀ ਸੀ ਉਹ ਸ਼ਾਰਪ ਆਈਡ ਗਰਲ ਤੇਜ਼ ਨਜ਼ਰ ਵਾਲੀ ਜਾਂ ਲੇਜੀ ਗਰਲ ਜਾਂ ਸਿੰਪਲਟਨ ਹੁੰਦਾ ਹੈ ਸਿਧਰੀ ਤੇ ਜਾਂ ਨਾਟ ਬਿਊਟੀਫੁਲ ਤਾਂ ਇਸ ਦਾ ਰਾਈਟ ਆਨਸਰ ਹੈ ਅ ਸ਼ਾਰਪ ਆਇਡ ਗਰਲ ਉਹ ਤੇਜ਼ ਨਜ਼ਰ ਵਾਲੀ ਲੜਕੀ ਸੀ ਸ਼ੌਕਰ ਨੇ ਦੋਨੋਂ ਕਾਲੇ ਪੱਥਰ ਬੈਗ ਵਿੱਚ ਪਾਏ ਸੀ ਤਾਂ ਉਸ ਨੇ ਦੇਖ ਲਿਆ ਸੀ ਨੈਕਸਟ ਕੁਐਸਚਨ ਦਾ ਆਥਰ ਆਫ ਦਾ ਲੈਸਨ ਔਨ ਸੇਇੰਗ ਪਲੀਜ਼ ਇਸ ਚੈਪਟਰ ਦਾ ਆਥਰ ਕੌਣ ਹੈ ਏ ਜੀ ਗਾਰਡੀਨਰ ਨੈਕਸਟ ਕੁਐਸਚਨ ਐਨੀਮੈਂਸ ਫੀਲਡ ਸੋਲੇਵਨ ਵਾਸ ਹੈਲਨਸ ਐਨੀਮੈਂਸ ਫੀਲਡ ਸੋਲੇਵਨ ਹੈਲਨ ਦੀ ਗਈ ਸੀ ਡਾਕਟਰ ਮਦਰ ਟੀਚਰ ਔਰ ਮਦਰ ਦਾ ਰਾਈਟ ਆਪਸ਼ਨ ਹੈ ਸੀ ਟੀਚਰ ਉਹ ਹੈਲਨ ਕੈਲਰ ਦੀ ਟੀਚਰ ਸੀ। ਆਓ 올ਡ ਵਾਸ ਅ ਗਰਲ ਹੂਮ ਦਾ ਰਾਈਟਰ ਈਵ ਲੁਕਾਸ ਫਰਸਟ ਸੋ ਇਨ ਦਾ ਸਕੂਲ। ਉਸ ਲੜਕੀ ਦੀ ਉਮਰ ਕਿੰਨੀ ਸੀ ਜਿਸ ਨੂੰ ਰਾਈਟਰ ਨੇ ਸਕੂਲ ਵਿੱਚ ਸਭ ਤੋਂ ਪਹਿਲਾਂ ਦੇਖਿਆ ਸੀ? ਆਪਸ਼ਨਸ ਆਪਣੇ ਕੋਲੇ 10 ইয়ার্স 6 ইয়ার্স 1 ইয়ার ਐਂਡ 12 ইয়ার্স। ਦਾ রাইট অপশন ਹੈ 12 ইয়ার্স। কোয়েশ্চেন হু ওয়াজ ਹਰਿউকেন? ਹਰਿউকেন ਕੌਣ ਸੀ? ਉਹ ਇੱਕ ਸੁਨਿਆਰਾ ਸੀ গোল্ড স্মਿਥ। so right option is b what was the age difference between chandu and the narrator chandu ate narrator de vich umar da kinna difference si answer hai 6 months 6 mahine da fark si next who was the owner of the modern framework the modern framework da malik kon si answer hai datta question who were addressed as demigods demigods kinna nu kiah janda si ga ਇਹ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਤਾਂ ਜਿਹੜੇ ਡੈਮੀਗੌਡ ਸਿਕ ਤਾਂ ਜੇਲਰ ਸੀ ਜੇਲਰ ਦਾ ਨਾਮ ਸੀ ਡੇਵਿਡ ਬੈਰੀ ਇੱਕ ਤਾਂ ਇਹਨੂੰ ਕਹਿੰਦੇ ਸੀ ਦੂਸਰਾ ਸੀਗਾ ਸੁਪਰੀਟੈਂਡੈਂਟ ਮੂਰੇ ਤੇ ਤੀਸਰਾ ਸੀਗਾ ਚੀਫ ਕਮਿਸ਼ਨਰ ਇਹਨਾਂ ਤਿੰਨਾਂ ਨੂੰ ਜੇਲਰ ਡੇਵਿਡ ਬੈਰੀ ਸੁਪਰੀਟੈਂਡੈਂਟ ਮੂਰੇ ਤੇ ਚੀਫ ਕਮਿਸ਼ਨਰ ਇਹਨਾਂ ਨੂੰ ਡੈਮੀਗੌਡਸ ਕਿਹਾ ਜਾਂਦਾ ਸੀ ਇਹ ਕੁਐਸਚਨ ਬੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਗਲਾ ਬੇਟਾ ਕੁਐਸਚਨ ਨੰਬਰ 8 ਰੀਡ ਦਾ ਲਾਈਨਸ ਗਿਵਨ ਬਿਲੋ ਐਂਡ ਆਨਸਰ ਦਾ ਕੁਐਸਚਨ ਥੈਟ ਫਾਲੋ ਇਹ ਜਿਹੜੀ ਪੋਇਮ ਹੈ ਦਾ ਸਨ ਡਸ ਰਾਈਜ਼ ਐਂਡ ਮੇਕ ਹੈਪੀ ਦਾ ਸਕਾਈਜ਼ ਇਹ ਪੋਇਮ ਹੈਗੀ ਹੈ ਦਾ ਇਕੋਇੰਗ ਗ੍ਰੀਨ ਇਸ ਦੇ ਸਾਰੇ ਕੁਐਸਚਨਸ ਦੇਖਣ ਲਈ ਤੁਸੀਂ ਮੇਰੀ ਵੀਡੀਓ ਨੂੰ ਦੇਖ ਸਕਦੇ ਹੋ ਇਸ ਤੋਂ ਨੈਕਸਟ ਦਿੱਤਾ ਹੋਇਆ ਇੱਕ ਕੁਐਸਚਨ ਔਰ ਦੇ ਵਿੱਚ ਦਿੱਤਾ ਹੋਇਆ ਹੈ ਉਹ ਹੈ I shall be telling this with the size somewhere ages and ages hence ਇਹ ਜਿਹੜੀ ਪੋਇਮ ਹੈ ਇਸ ਪੋਏ ਦਾ ਨਾਮ ਹੈ ਦਾ ਰੋਡ ਨਾਟ ਟੇਕਨ ਇਸ ਪੋਇਮ ਨੂੰ ਦੇਖਣ ਵਾਸਤੇ ਤੁਸੀਂ ਮੇਰੀ ਕੰਪਰੀਹੈਂਸ਼ਨ ਵਾਲੀ ਵੀਡੀਓ ਦਾ ਰੋਡ ਨਾਟ ਟੇਕਨ ਦੇਖ ਸਕਦੇ ਹੋ ਤੇ ਬੇਟਾ ਇਸ ਤੋਂ ਇਲਾਵਾ ਮੈਂ ਪੋਇਮਸ ਦੇ ਕੁਐਸਚਨ ਵੀ ਤੁਹਾਨੂੰ ਡਿਸਕਸ ਕਰਕੇ ਵੀਡੀਓਜ਼ ਪਾਉਂਦੀ ਰਹਿਣੀ ਹੈ ਉਹਨਾਂ ਨੂੰ ਦੇਖੋ ਤਾਂ ਤੁਹਾਨੂੰ ਇਹ ਸਾਰੇ ਕੁਐਸਚਨ ਕਰਨੇ ਬਹੁਤ ਈਜ਼ੀ ਹੋ ਜਾਣਗੇ ਜੀ ਬੇਟੇ ਬਾਕੀ ਜਿੰਨੇ ਵੀ ਤੁਹਾਡੇ ਸੈਂਟਰਲ ਆਈਡੀਆ ਹੈ ਔਨ ਫਰੈਂਡਸ਼ਿਪ ਵਾਂਸ ਅਪਾਨ ਅ ਟਾਈਮ ਜਾਂ ਇਹ ਜਿੰਨੇ ਵੀ ਕੁਐਸਚਨਸ ਹੈ ਕੁਐਸਚਨ ਨੰਬਰ 9 ਦੇ ਜਾਂ 10 ਦੇ ਇਹ ਮੇਰੀਆਂ ਸਾਰੀਆਂ ਵੀਡੀਓਜ਼ ਪੋਸਟ ਕੀਤੀਆਂ ਹੋਈਆਂ ਹਨ ਇਹਨਾਂ ਕੁਐਸਚਨਸ ਨੂੰ ਦੇਖਣ ਦੇ ਲਈ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਤੇ ਕੁਐਸਚਨ ਨੰਬਰ 11 ਇਸ ਦਾ ਲੌਂਗ ਕੁਐਸਚਨ ਥਿੰਕਿੰਗ ਆਊਟ ਆਫ ਦਾ ਬਾਕਸ ਲਿਟਰਲ ਥਿੰਕਿੰਗ ਦਾ ਥੀਮ ਮੈਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰੂੰਗੀ ਤੇ ਇਸ ਤੋਂ ਇਲਾਵਾ ਜੋ ਸਾਡੇ ਬਾਕੀ ਦੇ ਲੌਂਗ ਕੁਐਸਚਨ ਹੈ ਇਹ ਸਾਰੀਆਂ ਵੀਡੀਓਜ਼ ਆਲਰੇਡੀ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ ਕਰੈਕਟਰ ਸਕੈਚ ਆਫ ਹੈਲਨ ਕੈਲਰ ਥੀਮ ਆਫ ਸਕੂਲ ਫਾਰ ਸੈਮ 3 ਕਰੈਕਟਰ ਸਕੈਚ ਆਫ ਭੋਲੀ ਇਹ ਸਾਰੇ ਆਲਰੇਡੀ ਕੁਐਸਚਨ ਦੀਆਂ ਵੀਡੀਓਜ਼ ਮੈਂ ਪੋਸਟ ਕਰ ਚੁੱਕੀ ਹਾਂ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਥੀਮ ਆਫ ਦਾ ਚੈਪਟਰ ਥਿੰਕਿੰਗ ਆਊਟ ਆਫ ਦਾ ਬਾਕਸ ਲਿਟਰਲ ਥਿੰਕਿੰਗ ਥੈਂਕ ਯੂ ਹੈਵ ਅ ਨਾਈਸ ਡੇ